ਇੱਕ ਗਰੀਬ ਉਮੀਦਵਾਰ ਤੇ ਇੱਕ ਸਧਾਰਨ ਤੇ ਆਮ ਆਦਮੀ ਜਦੋਂ ਉਦੇਪੁਰ ਵਰਗੇ ਪੈਲੈਸ ਦੇ ਵਿੱਚ ਜਿੱਥੇ ਕਹਿੰਦੇ ਲੱਖਾਂ ਰੁਪਿਆ ਕਮਰੇ ਦਾ ਕਿਰਾਇਆ ਹੈ ਤਾਂ ਉੱਥੇ ਵਿਆਹ ਕਰੂਗਾ ਤੇ ਫਿਰ ਉਹਦੀ ਚਰਚਾ ਤਾਂ ਹੋਣੀ ਬਣਦੀ ਹੈ। ਵਿਰਾਟ ਸਾਹਿਬ ਵਿਆਹ ਦੇ ਉੱਤੇ ਵਧਾਈਆਂ ਦੇ ਦਿੰਦੇ ਚੰਗਾ ਨਹੀਂ ਸੀ ਪਹਿਲਾਂ ਸਿਆਸਤ ਤਾਂ ਕਹਿੰਦੇ ਬਹੁਤ ਲੰਮਾ ਸਮਾਂ ਚੱਲਦੀ ਹੈ। ਚਰਚਾ ਮਤੋਂ ਇਹ ਵੀ ਨੇ ਵੀ ਕਿਤੇ ਤੁਹਾਨੂੰ ਸੱਦਾ ਆਇਆ ਹੋਵੇ ਤਾਂ ਮੋਬਾਈਲ ਘਰੇ ਛੱਡ ਦਿਓ। ਇਲੈਕਸ਼ਨਾਂ ਤੋਂ ਪਹਿਲਾਂ ਗੱਲਾਂ ਹੋਰ ਸੀ ਹੁਣ ਤੇ ਗੱਲਾਂ ਹੀ ਹੋ ਰਹੀਆਂ ਸੋਚੀਆਂ ਵੀ ਨਹੀਂ ਜਾ ਸਕਦੀਆਂ ਜਿਹੜੀਆਂ ਵੇਖ ਰਹੇ ਹਾਂ ਤੇ ਜਾਂ ਹੋ ਰਹੀਆਂ ਇੱਕ ਪਾਸੇ ਜਿੱਥੇ ਭਾਰਤ ਕੈਨੇਡਾ ਵਿਵਾਦ ਹੈ ਇਸੇ ਦਰਮਿਆਨ ਪੰਜਾਬ ਦੀ ਸਿਆਸਤ ਦੇ ਵਿੱਚ ਹੁਣ ਇੱਕ ਵਿਆਹ ਚਰਚਾਵਾਂ ਦੇ ਵਿੱਚ ਹੈ ਕਿਉਂਕਿ ਪੰਜਾਬ ਦੇ ਵਿੱਚ ਰਾਗਵ ਚੱਡਾ ਹੋਣਾ ਦੇ ਵਿਆਹ ਨੂੰ ਲੈ ਕੇ ਸਿਆਸਤ ਚਰਚਾ ਨਾ ਹੋਵੇ ਨਹੀਂ ਹੋ ਸਕਦਾ ਅਕਾਲੀ ਦਲ ਦੇ ਵੱਲੋਂ ਸਾਂਸਦ ਹਰਸਿਮਰਤ ਕੌਰ ਬਾਦਲ ਟਵੀਟ ਕਰਦੇ ਨੇ ਕਿ ਪੰਜਾਬ ਦੀ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਹੋ ਰਹੀ ਹੈ ਪੰਜਾਬ ਦੀ ਸਰਕਾਰੀ ਲੈਂਡ ਕਰੂਜ਼ਰਾਂ ਮਹਿਮਾਨਾਂ ਦੀ ਮਹਿਮਾਨ ਨਿਵਾਜ਼ੀ ਦੇ ਵਿੱਚ ਨੇ ਤੇ ਪੰਜਾਬ ਦੀ ਪੁਲਿਸ ਤੇ ਪੰਜਾਬ ਦੇ ਕਮਾਂਡੋ ਵੀ ਲਗਾਤਾਰ ਉਹਨਾਂ ਦੀ ਮਹਿਮਾਨ ਨਿਵਾਜ਼ੀ ਕਰ ਰਹੇ ਨੇ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਤੋਂ ਚਰਨਜੀਤ ਬਰਾੜ ਮੌਜੂਦ ਨੇ ਬਰਾੜ ਸਾਹਿਬ ਵਿਆਹ ਦੇ ਉੱਤੇ ਵਧਾਈਆਂ ਦੇ ਦਿੰਦੇ ਚੰਗਾ ਨਹੀਂ ਸੀ ਪਹਿਲਾਂ ਸਿਆਸਤ ਤਾਂ ਕਹਿੰਦੇ ਬਹੁਤ ਲੰਮਾ ਸਮਾਂ ਚੱਲਦੀ ਰਹਿੰਦੀ ਹੈ देखो नहीं असि ਨਮੀ ਜਿਹੜੀ ਵਿਆਹ ਹੋ ਰਿਹਾ ਜੋੜੀ ਨੂੰ ਮੁਬਾਰਕਬਾਦ ਦਿੰਨੇ ਆ ਰਾਗਵ ਚੱਡਾ ਸਾਹਿਬ ਨੂੰ ਵੀ ਔਰ ਮੈਡਮ ਪਰਨੀਤੀ ਚੋਪੜਾ ਜੀ ਨੂੰ ਵੀ ਮੁਬਾਰਕਬਾਦ ਦਿੰਨੇ ਆ ਉਹਨਾਂ ਦੇ ਪਰਿਵਾਰ ਨੂੰ ਵੀ ਮੁਬਾਰਕਬਾਦ ਹੈਗੀ ਹੈ ਪਰ ਜਿਸ ਤਰ੍ਹਾਂ ਦੀ ਮਿਸ ਯੂਜ਼ ਮੰਨ ਲਓ ਮੁੱਖ ਮੰਤਰੀ ਕਾਨਵਾਈ ਦੀਆਂ ਗੱਡੀਆਂ ਦਾ ਦਿਖ ਰਿਹਾ ਜਿਸ ਤਰ੍ਹਾਂ ਸਾਡੀ ਸਿਕਿਉਰਿਟੀ ਸਾਰੀ ਉੱਥੇ ਲਾਈ ਹੋਈ ਹੈ ਇਹ ਮੇਰੇ ਖਿਆਲ ਹੈ ਕਿ ਵਿਆਹ ਚ ਇਹੋ ਜੀਆਂ ਚੀਜ਼ਾਂ ਦੀ ਤਾਂ ਸ਼ਾਇਦ ਲੋੜ ਨਹੀਂ ਹੁੰਦੀ ਵਿਆਹ ਚ ਤਾਂ ਕੋਈ ਜੇ ਥੋੜੇ ਮੇਰੇ ਵਰਗਾ ਸਧਾਰਨ ਪਰਿਵਾਰ ਚੋਂ ਦਾ ਦੋਸਤ ਮਿੱਤਰ ਦੀ ਗੱਡੀ ਨਮੀ ਮੰਗ ਲੈਂਦਾ ਵੀ ਫੁੱਲ ਫੁੱਲ ਲਾ ਲਈਏ ਤੇ ਜੇ ਕੋਈ ਨਹੀਂ ਤਾਂ ਕੋਈ ਕਿਰਾਏ ਵਾਲੀ ਵੱਡੀ ਕੋਈ ਢੂੰਡ ਲੈਂਦਾ ਹੈ ਇਹ ਇਹ ਨਵਾਂ ਹੀ ਵਿਆਹ ਵੇਖਿਆ ਜਿਹਦੇ ਚ ਜੜੀਆਂ ਹੈਗੀਆਂ ਬੁਲਟ ਪ੍ਰੂਫ ਗੱਡੀਆਂ ਜਾ ਰਹੀਆਂ ਹੈ ਨਾ ਇਸ ਕਰਕੇ ਕਿਤਨੇ ਕਿਤੇ ਸਵਾਲ ਉੱਠਣੇ ਲਾਜ਼ਮੀ ਸੀ ਵੱਡੇ ਸਵਾਲ ਤਾਂ ਵੀ ਉੱਠੇ ਕਿ ਪਿਛਲੇ ਸਮੇਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਜਿਹਦੇ ਚ ਰਾਗਵ ਚੱਡਾ ਸਭ ਖੁਦ ਕਹਿ ਰਿਹਾ ਕਿ ਮੈਂ ਸਭ ਤੋਂ ਗਰੀਬ ਉਮੀਦਵਾਰ ਹਾਂ ਤੇ ਆਈਟੀਆਰ ਚ ਵੀ ਸ਼ਾਇਦ ਉਹਨਾਂ ਦੀ ਨਾਲ ਫੋਟੋ ਲੱਗੀ ਹੈ ਕਿ ਪਤਾ ਨਹੀਂ 10 ਲੱਖ ਦੀ ਕਿ ਕਿੰਨੇ ਦੀ ਹੈਗੀ ਹੈ ਫਿਰ ਇੱਕ ਗਰੀਬ ਉਮੀਦਵਾਰ ਤੇ ਇੱਕ ਸਧਾਰਨ ਤੇ ਆਮ ਆਦਮੀ ਜਦੋਂ ਉਦੇਪੁਰ ਵਰਗੇ ਪੈਲਸ ਦੇ ਵਿੱਚ ਜਿੱਥੇ ਕਹਿੰਦੇ ਲੱਖਾਂ ਰੁਪਿਆ ਕਮਰੇ ਦਾ ਕਿਰਾਇਆ ਹੈ ਤਾਂ ਉੱਥੇ ਵਿਆਹ ਕਰੂਗਾ ਤੇ ਫਿਰ ਉਹਦੀ ਚਰਚਾ ਤਾਂ ਹੋਣੀ ਬਣਦੀ ਐ ਇਸ ਕਰਕੇ ਚਰਚਾ ਤਾਂ ਹੁੰਦੀ ਰਹੇਗੀ ਆਉਣ ਵਾਲੇ ਸਮੇਂ 'ਚ ਵੀ ਹੁੰਦੀ ਰਹੇਗੀ ਪਰ ਇਹ ਇਹ ਜਿਹੜਾ ਪੰਜਾਬ ਦੇ ਪੈਸੇ ਦਾ ਮਿਸਯੂਜ਼ ਐ ਭਾਵੇਂ ਅਸੀਂ ਪਹਿਲਾਂ ਵੀ ਆਵਾਜ਼ ਉਠਾਉਦੇ ਰਹੇ ਆ ਭਾਵੇਂ ਮਸ਼ਹੂਰੀਆਂ ਦੇ ਦੌਰਾਨ ਹੋਵੇ ਭਾਵੇਂ ਕੇਜਰੀਵਾਲ ਸਾਹਿਬ ਦਾ ਸਭ ਤਾਂ ਘੁੰਮਣਾ ਹੋਵੇ ਤਾਂ ਇਹ ਕੁਦਰਤੀ ਗੱਲ ਐ ਕਿ ਵਿਰੋਧੀ ਤਾਂ ਨੇ ਆਵਾਜ਼ ਤਾਂ ਠਾਉਣੀ ਠਾਉਣੀ ਐ ਵਿਆਹ ਦੀ ਤਾਂ ਮੁਬਾਰਕਬਾਦ ਉਹਨਾਂ ਨੂੰ ਪ੍ਰਧਾਨ ਜੀ ਕਹਿੰਦੇ ਪੰਜਾਬ ਦੀਆਂ ਸਾਰੀਆਂ ਸਰਕਾਰੀ ਲੈਂਡ ਕਰੂਜ਼ਰਾਂ ਤੇ ਪੰਜਾਬ ਦੀ ਪੁਲਿਸ ਜਿਹੜੀ ਆ ਉਦੇਪੁਰ ਦੇ ਵਿੱਚ ਇਹਨੇ ਦਿਨਾਂ ਤੇ ਦੇਖੋ ਪੰਜਾਬ ਦੀ ਸਰਕਾਰੀ ਸਾਰੀ ਉੱਥੇ ਹੋਊਗੀ ਮਤਲਬ ਕੱਲੀਆਂ ਲੈਂਡ ਕਰੂਜ਼ਰਾਂ ਕਿਸ ਤੇ ਲੈਂਡ ਕਰੂਜ਼ਰਾਂ ਨੂੰ ਚਲਾਉਣ ਤੋਂ ਲਾ ਕੇ ਵਰਤਨ ਤੇ ਰੱਖਣ ਵਾਲੇ ਸਾਰੇ ਦੇ ਸਾਰੇ ਹੀ ਉੱਥੇ ਹੋਣਗੇ ਔਰ ਦੋ ਤਿੰਨ ਦਿਨ ਦੇ ਵੱਡੇ ਜਸ਼ਨ ਰੱਖੇਗੇ ਜਿਦੇ ਚ ਨਾਮੀ ਗ੍ਰਾਮੀ ਲੋਕ ਜਿਹੜੇ ਹੈਗੇ ਆ ਹਿੱਸਾ ਲੈਣਗੇ ਔਰ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ ਚਰਚਾਵਾਂ ਤਾਂ ਇਹ ਵੀ ਨੇ ਵੀ ਕਿਤੇ ਤੁਹਾਨੂੰ ਸੱਦਾ ਆਇਆ ਹੋਵੇ ਤਾਂ ਮੋਬਾਈਲ ਘਰੇ ਛੱਡ ਜਿਓ ਅੱਜ ਖਬਰਾਂ 'ਚ ਪੜਿਆ ਕਿ ਸ਼ਾਇਦ ਕੋਈ ਪਤਨੀ ਸਕਿਉਰਟੀ ਵਾਲੀ ਟੇਪ ਹੀ ਲੱਗ ਜਾਣੀ ਹੈ ਮਤਲਬ ਹੁਣ ਇਹ ਨਹੀਂ ਪਤਾ ਵੀ ਮੁੱਖ ਮੰਤਰੀਆਂ ਦੇ ਫੋਨਾਂ ਤੇ ਵੀ ਲੱਗੂਗੇ ਕੱਲੇ ਮੰਤਰੀਆਂ ਦੇ ਲੱਗੂ ਜਾਂ ਐਮਐਲਏਾਂ ਦੇ ਲੱਗੂ ਕਿਹਦੇ ਕਿਹਦੇ ਤੇ ਲੱਗੂ ਹੈ ਨਹੀਂ ਪਤਾ ਖੈਰ ਇਹ ਮਤਲਬ ਵੱਖਰੀ ਵੱਖਰੀ ਕਿਸਮ ਦੀਆਂ ਚਰਚਾਵਾਂ ਉਥੋਂ ਆ ਰਹੀਆਂ ਜਿਹੜੀਆਂ ਕਿ ਸਾਡੇ ਲੋਕਾਂ ਦੇ ਵਿੱਚ ਸਨੇਹਾ ਤੇ ਚਾਹੀਦਾ ਹੈ ਕਿ ਸਧਾਰਨ ਵਿਆਹ ਹੋਇਆ ਤੇ ਤਾਂ ਆਮ ਆਦਮੀ ਪਾਰਟੀ ਗਿਣਿਆ ਜਾਣਾ ਚਾਹੀਦਾ ਸੀ ਇਸ ਕਰਕੇ ਇਲੈਕਸ਼ਨਾਂ ਤੋਂ ਪਹਿਲਾਂ ਗੱਲਾਂ ਹੋਰ ਸੀ ਉਹਤੇ ਗੱਲਾਂ ਹੀ ਹੋਰ ਐ ਸੋਚੀਆਂ ਵੀ ਨਹੀਂ ਜਾ ਸਕਦੀਆਂ ਜਿਹੜੀਆਂ ਵੇਖ ਰਹੇ ਆ ਤੇ ਜਾਂ ਹੋ ਰਹੀਆਂ ਬਰਾਤ ਸਾਹਿਬ ਤੋਂ ਮੁੱਖ ਮੰਤਰੀ ਭਗਵੰਤ ਮਾਨ ਹੋਂ ਦਾ ਵਿਆਹ ਹੁੰਦਾ ਕਪੂਰਥਲਾ ਹਾਊਸ ਨੂੰ ਲੈ ਕੇ ਬਹੁਤ ਚਰਚਾਵਾਂ ਹੋਈਆਂ ਪੰਜਾਬ ਦੇ ਵਿੱਚ ਤੋਂ ਵਿਆਹ ਪੰਜਾਬ ਰਿਸੈਪਸ਼ਨ ਪਾਰਟੀ ਹੋਂ ਨੂੰ ਲੈ ਕੇ ਬਹੁਤ ਸਵਾਲ ਚੁੱਕੇ ਗਏ ਲੱਗਦਾ ਕਿ ਇਸ ਤੋਂ ਬਾਅਦ ਆਟੀਆਂ ਪੈਣ ਗਈਆਂ ਕਿ ਪੰਜਾਬ ਦੀ ਸਰਕਾਰ ਨੇ ਵਿਆਹਾਂ ਤੇ ਕਿੰਨਾ ਕਿ ਖਰਚਾ ਕੀਤਾ ਨਹੀਂ ਮੇਰੇ ਖਿਆਲ ਹੈ ਕਿ ਵਿਆਹ ਤਾਂ ਖਰਚ ਤਾਂ ਨਿੱਜੀ ਹੁੰਦਾ ਇਹ 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 ਤਾਂ ਸਰਕਾਰ ਦਾ ਖਰਚਾ ਤਾਂ ਸ਼ਾਇਦ ਕੋਈ ਕਰ ਨਾ ਸਕੇ ਮੁੱਖ ਮੰਤਰੀ ਸਾਹਿਬ ਦਾ ਵਿਆਹ ਤਾਂ ਮੁੱਖ ਮੰਤਰੀ ਸਾਹਿਬ ਦੇ ਘਰੇ ਹੀ ਹੋਇਆ ਸੀ ਜਿਹੜਾ ਕਪੂਰਥਲਾ ਹਾਊਸ ਦੇ ਵਿੱਚ ਹੈ ਉੱਥੇ ਏਸੇ ਸੁਪਰ ਡੂਪਰ ਸੀਐਮ ਸਾਹਿਬ ਦੀ ਜਿਹੜੀ ਹੈਗੀ ਆ ਉਹ ਮੰਗਣੀ ਹੋਈ ਸੀ ਹਾਲਾਂਕਿ ਕਪੂਰਥਲਾ ਹਾਊਸ ਅੱਜ ਤਿੱਕਰ ਆਜ਼ਾਦੀ ਤੋਂ ਬਾਅਦ ਕਦੇ ਇਹ ਜੇ ਸਮਾਗਮ ਲਈ ਜਾਂ ਕਿਸੇ ਪ੍ਰੋਗਰਾਮ ਲਈ ਵਰਤਿਆ ਨਹੀਂ ਗਿਆ ਇਹ ਪਹਿਲੀ ਵਾਰ ਹੀ ਸੀ ਜਿਹੜਾ ਜਿਹੜੇ ਨਵੀਆਂ ਪਰਤਾਂ ਪੈ ਰਹੀਆਂ ਬਦਲਾਅ ਦਾ ਜਿਹੜਾ ਮਾਹੌਲ ਆ ਉਹ ਦੇਖਣ ਨੂੰ ਮਿਲ ਰਿਹਾ ਇਸ ਕਰਕੇ ਖੈਰ ਇਹ ਉਹਨਾਂ ਦੇ ਖਰਚੇ ਨਿੱਜੀ ਹੈ ਪਰ ਸਰਕਾਰੀ ਤੰਤਰਬੰਤਰ ਦੀ ਜਿਹੜੀ ਹੈਗੀ ਹੈ ਇਹ ਤਾਂ ਸਾਰਾ ਕੁਝ ਤੁਹਾਡੇ ਸਾਹਮਣੇ ਆ ਹੀ ਰਿਹਾ ਨਾ ਮੈਸਿਊਜ਼ ਦਾ ਇਸ ਕਰਕੇ ਆਉਣ ਵਾਲੇ ਸਮੇਂ ਤੇ ਸਮਾਂ ਬੜਾ ਜਿਹੜਾ ਹੈਗਾ ਇਹ ਸਮਰੱਥ ਹੁੰਦਾ ਹੈ ਸਮੇਂ-ਸਮੇਂ ਤੇ ਹਰ ਚੀਜ਼ ਜਦੋਂ ਵਕਤ ਆਉਂਦਾ ਨਿਕਲੇ ਆਉਂਦੀ ਬਾਹਰ ਆਉਂਦੀਆਂ ਹੀ ਆ ਸਾਰੀਆਂ ਗੱਲਾਂ ਤੁਹਾਡੇ ਵਰਗੇ ਕੈਮਰਿਆਂ ਨੇ ਕੱਢ ਦੇਣੀਆਂ ਹੈ ਭਵੇਂ ਅੱਜ ਵਾਕਈ ਵਧਾਈ ਦੇਣ ਵਾਲਾ ਮੌਕਾ ਹੈ ਇਹ ਕੁਦਰਤੀ ਤੁਹਾਡੇ ਵਰਗੇ ਕੈਮਰਿਆਂ ਦੀਆਂ ਨਿਕਲੀਆਂ ਰੀਲਾਂ ਹੀ ਜੜੀਆਂ ਹੈਗੀਆਂ ਉਹ ਟਵਿੱਟਰ ਦਾ ਸ਼ਿੰਗਾਰ ਬਣ ਰਹੀਆਂ ਤੇ ਬਰਾੜ ਸਾਹਿਬ ਦੇ ਨਾਲ ਹੀ ਗਵਰਨਰ ਸਾਹਿਬ ਨੇ ਆਰਡੀਐਫ ਨੂੰ ਲੈ ਕੇ ਵੀ ਜਿਹੜਾ ਲੈਟਰ ਲਿਖੀ ਜਾਂਦੀ ਹੈ ਗਵਰਨਰ ਸਾਹਿਬ ਨੂੰ ਹੁਣ ਉਹਨਾਂ ਨੇ ਵਾਪਸੀ ਕਰ ਦਿੱਤੀ ਹੈ ਕਹਿੰਦੇ ਕਿ ਜਿਹੜਾ ਖਰਚਾ ਕੀਤਾ ਉਹਦਾ ਹਿਸਾਬ ਕਿਤਾਬ ਪ੍ਰਾਪਰ ਦਿਓ ਗਵਰਨਰ ਸਾਹਿਬ ਨੂੰ ਲੈ ਕੇ ਬਹੁਤ ਚਰਚਾ ਆਮ ਨੇ ਪੰਜਾਬ ਦੇ ਵਿੱਚ ਕਿ ਕੜੀਕੇ ਇੱਕ ਵਾਰ ਫਿਰ ਫਸਦੀ ਨਜ਼ਰ ਆ। ਦੇਖੋ ਇੱਕ ਗੱਲ ਹੈ ਕਿ ਕੇਂਦਰ ਸਰਕਾਰ ਦਾ ਆਰਡੀਐਫ ਨੂੰ ਰੋਕਣਾ 100% ਦੀ ਗਲਤ ਹੈ। ਅਗਰ ਪੰਜਾਬ ਸਰਕਾਰ ਦੀ ਤਰਫੋਂ ਕੋਈ ਜਵਾਬ ਤਲਬੀ ਚਾਹੀਦੀ ਹੈ ਤੇ ਕਰ ਲੈਣੀ ਚਾਹੀਦੀ ਹੈ ਔਰ ਅਫਸਰਾਂ ਨੂੰ ਬੈਠ ਕੇ ਆਪਸ ਚ ਹਿਸਾਬ ਕਿਤਾਬ ਵੀ ਬਰਾਬਰ ਕਰ ਲੈਣਾ ਚਾਹੀਦਾ ਹੈ ਕੇਂਦਰ ਸਰਕਾਰ ਦਾ ਜਿੱਥੋਂ ਤੱਕ ਪਹਿਲਾਂ ਓਬਜੈਕਸ਼ਨ ਸੀ ਕੁਝ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਇਹਨਾਂ ਨੇ ਕਾਨੂੰਨ ਪਾਸ ਕਰਕੇ ਕੁਝ ਸੋਧਾਂ ਤਾਂ ਕੀਤੀਆਂ ਪਰ ਫਿਰ ਵੀ ਮੇਰੇ ਖਿਆਲੇ ਤਸੱਲੀ ਨਹੀਂ ਦਿਵਾ ਪਾਈ ਕਿਉਂਕਿ ਜਿਹੜਾ ਕੇਂਦਰ ਤੋਂ ਪੈਸਾ ਆਉਂਦਾ ਹੈ ਉਹ ਆਉਂਦਾ ਪੁਲਾਂ ਲਈ ਹੈ ਲੱਗਦਾ ਟੈਲੀਵਿਜ਼ਨਾਂ ਦੀਆਂ ਮਸ਼ਹੂਰੀਆਂ ਤੇ ਆ ਜਾਂ ਕੋਈ ਆਉਂਦਾ ਕਿਸੇ ਹੋਰ ਕੰਮ ਲਈ ਹੈ ਲੱਗ ਕਿਤੇ ਹੋਰ ਜਾਂਦਾ ਇਹ ਜੀਆਂ ਚਰਚਾਵਾ ਹੈਗੀਆਂ ਪਰ ਕੇਂਦਰ ਸਰਕਾਰ ਦਾ ਕੋਈ ਹੱਕ ਨਹੀਂ ਕਿ ਸਾਡੇ ਪੰਜਾਬ ਆਰਡੀਐਫ ਦਾ ਪੈਸਾ ਰੋਕੇ ਇਹ ਤੁਰੰਤ ਜਾਰੀ ਕਰਨਾ ਚਾਹੀਦਾ ਹੈ ਤੇ ਖੈਰ ਹੁਣ ਤਾਂ ਮਾਮਲਾ ਹੀ ਸੁਪਰੀਮ ਕੋਰਟ ਚ ਹੈ ਮੇਰਾ ਖਿਆਲ ਹੈ ਕਿ ਬਹੁਤਾ ਕੁਝ ਰਹਿ ਨਹੀਂ ਗਿਆ ਜੋ ਮਨਯੋਗ ਸੁਪਰੀਮ ਕੋਰਟ ਹੈ ਉਹ ਜ਼ਰੂਰ ਪੰਜਾਬ ਦਾ ਹੱਕ ਪਛਾਣਦੇ ਹੋਏ ਪੰਜਾਬ ਨੂੰ ਦਵਾਊਗੀ ਔਰ ਰਹੀ ਗੱਲ 50000 ਕਰੋੜ ਰੁਪਏ ਦੇ ਕਰਜ਼ੇ ਦੇ ਹਿਸਾਬ ਦੀ ਵੈਸੇ ਤਾਂ ਬਜਟ ਦੇ ਵਿੱਚ ਸਾਰਾ ਹਿਸਾਬ ਆ ਹੀ ਜਾਂਦਾ ਸਾਰਾ ਕੁਝ ਆ ਗਿਆ ਸੀ 750 ਕਰੋੜ ਮਸ਼ੂਰੀਆਂ ਤੇ ਖਰਚਾ ਜਾ ਰਿਹਾ ਕਿਹੜੀ ਚੀਜ਼ ਤੇ ਕਿੱਥੇ ਖਰਚਾ ਜਾ ਰਿਹਾ ਮੇਰਾ ਤਾਂ ਇੱਕੋ ਹੀ ਸਵਾਲ ਹੈ ਕੇਜਰੀਵਾਲ ਸਾਹਿਬ ਤੇ ਉਹਦੀ ਸਾਰੀ ਸਰਕਾਰ ਨੂੰ ਕਿ ਉਹ ਕਹਿੰਦੇ ਸੀ ਕਿ 20000 ਕਰੋੜ ਰੁਪਏ ਤਾਂ ਸਾਨੂੰ ਰੇਤੇ ਬਜਰੀ ਚ ਆ ਜਾਊਗਾ ਇਸ਼ਤਿਹਾਰ ਹਰ ਰੋਜ਼ ਲੱਗਦੇ ਆ ਮੈਂ ਮੌਜੂਦਾ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਇਸ਼ਤਿਹਾਰ ਲਾ ਕੇ ਦੱਸ ਤਾਂ ਦਿਓ ਕਿ ਕਿੰਨੇ ਪੈਸੇ ਰੇਤੇ ਬਜਰੀ ਤੋਂ ਸਾਲ ਚ ਆਏ ਆ ਇਸੀ ਤਰ੍ਹਾਂ ਉਹਨਾਂ ਨੇ ਕਿਹਾ ਸੀ ਕਿ 34000 ਕਰੋੜ ਰੁਪਇਆ ਮੈਂ ਰਿਸ਼ਵਤ ਬੰਦ ਕਰਕੇ ਜਿਹੜਾ ਹੈਗਾ ਕਹਿੰਦੇ 1 ਲੱਖ 70000 ਕਰੋੜ ਦਾ ਬਜਟ ਹੈ 20% ਦੀ ਰਿਸ਼ਵਤ ਹੁੰਦੀ ਹੈ ਤੇ 34000 ਕਰੋੜ ਮੈਂ ਉੱਥੋਂ ਕੱਢ ਲੈਣਾ ਇੰਨਾਂ ਸਾਰੀਆਂ ਗੱਲਾਂ ਤੁਸੀਂ ਕਹਿੰਦਾ ਮੈਂ ਹਜ਼ਾਰ ਹਜ਼ਾਰ ਰੁਪਇਆ ਬੀਬੀਆਂ ਨੂੰ ਦੇਵਾਂ 2500 ਰੁਪਏ ਪੈਨਸ਼ਨ ਦੇਵਾਂ 155000 ਛਕਣ ਦੇਵਾਂ 3-3000 ਨੌਜਵਾਨਾਂ ਨੂੰ ਬੇਰੁਜ਼ਗਾਰੀ ਪੱਤਾ ਦੇਵਾਂ ਤੇ ਆ ਬਿਜਲੀ ਵਾਲੀ ਸਾਰੀਆਂ ਗੱਲਾਂ ਉਹਨਾਂ ਚੋਂ ਪੂਰੀਆਂ ਕਰਨੀਆਂ ਸੀ ਹੁਣ ਉਹ ਤਾਂ ਕਿਤੇ ਲੱਭਦਾ ਹੀ ਨਹੀਂ ਤੇ ਕਰਜ਼ਾ ਹੀ ਇਕੱਲਾ ਲੱਭਦਾ ਹੈਗਾ ਕਿ 37000 ਕਰੋੜ ਪਿਛਲੇ ਸਾਲ ਦੇ 31 ਮਾਰਚ ਤੱਕ ਚੜਾ ਲਿਆ 34000 ਅਗਰੇ ਬਜਟ ਦੇ ਵਿੱਚ ਪ੍ਰੋਵੀਜ਼ਨ ਰੱਖੀ ਹੈ ਕਿ ਅਸੀਂ ਲੈ ਸਕਦੇ ਹਾਂ ਲੋਨ ਤੇ ਇਹ 50000 ਤਾਂ ਮੇਰੇ ਖਿਆਲ ਹੈ ਕਿ ਗਵਰਨਰ ਸਾਹਿਬ ਨੇ ਘੱਟ ਫਿਗਰ ਕੋਡ ਕੀਤੀ ਹੈ 31 ਮਾਰਚ ਤੱਕ ਇਹ ਲਗਭਗ 70000 75000 ਕਰੋੜ ਹੋ ਜਾਣਾ ਔਰ ਇਹ ਸਰਕਾਰ ਬਣਾਉਣ ਤੋਂ ਉਲਟਾ ਕੇਜਰੀਵਾਲ ਸਾਹਿਬ ਤੇ ਸਮੁੱਚੀ ਟੀਮ ਕਹਿੰਦੀ ਸੀ ਕਿ ਅਸੀਂ ਪੰਜਾਬ ਸਰ ਕਰਜ਼ਾ ਘੱਟ ਕਰਾਂਗੇ ਤੇ ਇਹ ਤਾਂ ਅਮਰਵੀਲ ਵਾਂਗ ਵਧੀ ਜਾਂਦਾ ਹੈ ਨਜਾਇਜ਼ ਖਰਚੇ ਕੇਜਰੀਵਾਲ ਦੀ ਮਸ਼ਹੂਰੀ ਕੇਜਰੀਵਾਲ ਦੀ ਪਾਰਟੀ ਖੜੀ ਕਰਨ ਲਈ ਜਿਹੜਾ ਦਿਨ ਰਾਤ ਜੋਰ ਲੱਗ ਰਿਹਾ ਉਹਦਾ ਕਿਤੇ ਨਾ ਕਿਤੇ ਤਾਂ ਪੰਜਾਬੀਆਂ ਨੂੰ ਖਮਿਆਜਾ ਭੁਗਤਣਾ ਹੀ ਪਊਗਾ ਹੂੰ ਬਰਾੜ ਸਿੰਘ ਇੱਕ ਸੁਖਪਾਲ ਸਿੰਘ ਖੈਰਾ ਹੁਣਾਂ ਦਾ ਟਵੀਟ ਆਇਆ ਕਹਿੰਦੇ ਕਿ ਪੰਜਾਬ ਦੇ ਵਿੱਚ ਜਾਂ ਕੈਨੇਡਾ ਤੋਂ ਲੈ ਕੇ ਵਿਵਾਦ ਬਹੁਤ ਵੱਡਾ ਹੋਇਆ ਹੋਇਆ ਪੰਜਾਬ ਦੇ ਲੋਕ ਪੰਜਾਬੀਆਂ ਨਾਲ ਸਬੰਧ ਤੇ ਮਸਲਾ ਚੱਲੀ ਜਾਂਦਾ ਹੈ ਕਹਿੰਦੇ ਸੁਖਵੀਰ ਸਿੰਘ ਬਾਦਲ ਰਲਮਾ ਤੁਲਮਾ ਬਿਆਨ ਦੇ ਗਏ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤਾਂ ਬੋਲੇ ਹੀ ਨਹੀਂ ਕਹਿੰਦੇ ਇਸ ਮਸਲੇ ਤੇ ਖੁੱਲ ਕੇ ਕਿਉਂ ਨਹੀਂ ਬੋਲ ਰਹੇ ਚੁੱਪੀ ਕਿਉਂ ਆ ਤੁਹਾਡੀ ਸਾਹਿਬ ਦੇਖੋ ਇੱਕ ਗੱਲ ਹੈ ਕਿ ਮੈਂ ਇਹ ਹੈਰਾਨੀ ਪ੍ਰਗਟ ਹੁੰਦੀ ਹੈ ਕਿ ਜਦੋਂ ਕੋਈ ਗੱਲ ਨਾ ਲੱਭੇ ਤੇ ਕੋਈ ਨਾ ਕੋਈ ਲੱਭ ਕੇ ਖੇਰਾ ਸਾਹਿਬ ਨੇ ਲਾਈਵ ਹੋਣਾ ਹੀ ਹੁੰਦਾ ਹੈ ਉਹਨਾਂ ਨੂੰ ਅੱਖਾਂ ਖੋਲ ਕੇ ਅਖਬਾਰ ਪੜ੍ਹ ਲੈਣੇ ਚਾਹੀਦੇ ਆ ਸਰਦਾਰ ਸੁਖਬੀਰ ਸਿੰਘ ਬਾਦਲ ਸਭ ਤੋਂ ਪਹਿਲਾਂ ਵਾਅਦਿਕ ਇਨਸਾਨ ਸੀ ਜਿਨ੍ਹਾਂ ਨੇ ਲੋਕ ਸਭਾ ਦੇ ਬਾਹਰ ਵੀ ਜਦੋਂ মিডিਆ ਨੂੰ ਜਵਾਬ ਦਿੱਤਾ ਉਹਨਾਂ ਨੇ ਜ਼ੋਰ-ਸ਼ੋਰ ਨਾਲ ਆਵਾਜ਼ ਉਠਾਈ ਕਿ ਗਲਤ ਮੁੱਦਾ ਛੜਿਆ ਔਰ ਗਲਤ ਤਰੀਕੇ ਨਾਲ ਸਾਡੇ ਪੰਜਾਬ ਦਾ ਸਿੱਖਾਂ ਦਾ ਤੇ ਸਿੱਖਾਂ ਨੂੰ ਬਦਨਾਮ ਕਰਨ ਦਾ ਇੱਕ ਤੰਦਾ ਜਿਹੜਾ ਹੈਗਾ ਨਵੇਂ ਸਿਰਿਓਂ ਸ਼ੁਰੂ ਹੋ ਗਿਆ ਔਰ ਜਿੱਥੇ ਨੈਸ਼ਨੈਲਿਟੀ ਦੀ ਗੱਲ ਆਉਂਦੀ ਹੈ ਨੈਸ਼ਨੈਲਿਟੀ ਕੋਈ ਸਾਡੀ ਥੋੜੀ ਕੋਈ ਪੁੱਛੇਗਾ ਸਤੋਂ ਜਿਹੜੀ ਜਿਹੜੀ ਵੀ ਕੁਰਸੀ ਹਿੰਦੁਸਤਾਨ ਦੀ ਧਰਤੀ ਤੇ ਪਈ ਹੈ ਉਹਦੇ ਥੱਲੇ 85 90% ਪੰਜਾਬੀਆਂ ਦਾ ਤੇ ਸਿੱਖਾਂ ਦਾ ਹੀ ਖੂਨ ਲੱਗਿਆ ਆ ਪੰਜਾਬ ਦੀ ਧਰਤੀ ਸੀ ਤਿੰਨ ਚਾਰ ਦਿਨ ਪਹਿਲਾਂ ਤਿੰਨ ਚਾਰ ਜਿਹੜੇ ਹੈਗੇ ਸਾਡੇ ਕਰਨਲ ਤੋਂ ਲੈ ਕੇ ਸਿਪਾਹੀਆਂ ਤੱਕ ਅਸੀਂ ਜਿਹੜੇ ਹੈਗੇ ਸ਼ਹੀਦ ਹੋਏ ਉਹਨਾਂ ਦੇ ਸੇਵੇ ਦਾ ਸਾਡੇ ਤੋਂ ਸਵਾਲ ਨਾ ਪੁੱਛਣ ਭਾਵੇਂ ਕੋਈ ਕੇਂਦਰ ਚ ਬੈਠਾ ਤੇ ਭਾਵੇਂ ਕੋਈ ਕਿਤੇ ਬੈਠਾ ਪਰ ਜਿਹੜੀ ਗੱਲ ਖੈਰਾ ਸਾਹਿਬ ਨੇ ਠਾਈ ਹੈ ਤੇ ਅਮਿਤ ਸ਼ਾਹ ਜੀ ਨੂੰ ਜਾ ਕੇ ਸਾ ਸੁਖਬੀਰ ਸਿੰਘ ਬਾਦਲ ਸਾਹਿਬ ਮਿਲੇ ਕਿ ਇਹਨੂੰ ਮੁੱਦੇ ਨੂੰ ਸੋਲਵ ਕਰੋ ਸਾਡੇ ਜਿਹੜਾ ਹੈਗਾ ਕਿਸੇ ਕਿਸਮ ਦਾ ਨੁਕਸਾਨ ਨਹੀਂ ਹੋਣਾ ਜਿਹਦੇ ਅਖਬਾਰ ਚ ਟਵੀਟ ਸਾਰਾ ਕੁਝ ਕੀਤਾ ਔਰ ਜਿਹੜੀ ਪਾਰਟੀ 'ਚ ਖੈਰਾ ਸਾਹਿਬ ਖੁਦ ਬੈਠੇ ਐ ਜਿਹੜੀ ਗੱਲ ਸਿੱਖਾਂ ਦੀ ਤੇ ਸਿੱਖਾਂ ਦੀ ਮਾਨਸਿਕਤਾ ਦੀ ਕਰਦੇ ਐ ਸਿੱਖਾਂ ਦੀ ਮਾਨਸਿਕਤਾ ਕੀ ਸਿੱਖਾਂ ਦਾ ਕਹਾਣ ਕਰਨ ਵਾਲੀ ਪਾਰਟੀ 'ਚ ਤਾਂ ਖੁਦ ਖੈਰਾ ਸਾਹਿਬ ਬੈਠੇ ਐ ਸ਼੍ਰੀ ਅਕਾਲ ਚੱਕ ਸਾਹਿਬ ਨੂੰ ਢਾ ਢੇਰੀ ਕਰਨ ਵਾਲੀ ਪਾਰਟੀ 'ਚ ਬੈਠੇ ਐ ਕਤਲੇ ਕ੍ਰਾਮ ਕਤਲੇਆਮ ਕਰਨ ਵਾਲੀ ਪਾਰਟੀ 'ਚ ਬੈਠੇ ਐ ਤੁਸੀਂ ਤੇ ਕਮਲਨਾਥ ਵਰਗੇ ਨੂੰ ਮੁੱਖ ਮੰਤਰੀਆਂ ਸੌਪੋ ਤੁਸੀਂ ਟਾਈਟਲਰ ਵਰਗੇ ਨੂੰ ਵੱਡੀਆਂ-ਵੱਡੀਆਂ ਅਹੁਦੇਦਾਰੀਆਂ ਸੌਪੋ ਤੁਸੀਂ ਸੱਜਣ ਕੁਮਾਰ ਨੂੰ ਸਜ਼ਾ ਵੀ ਕੱਟਿਆ ਜੇਲ੍ਹ 'ਚ ਵੀ ਆ ਗਿਆ ਅੱਜ ਭਵੇਂ ਬਰੀ ਕਰਤਾ ਤੇ ਅੱਜ ਤਿਕਰੋਂ ਨੂੰ ਪਾਰਟੀ 'ਚੋਂ ਨਹੀਂ ਕੱਟਿਆ ਤੁਸੀਂ ਤਾਂ ਇਹੋ ਸਿੱਖਾਂ ਦੇ ਮੁੱਦਿਆਂ ਤੇ ਬੋਲ ਹੀ ਨਹੀਂ ਸਕਦੇ ਜਿੰਨਾ ਕਾਂਗਰਸ ਨੇ ਕਾਹਨ ਜਿਹੜਾ ਹੈਗਾ ਸਿੱਖ ਕੌਮ ਦਾ ਕੀਤਾ ਇਸ ਕਰਕੇ ਇਹ ਇਹ ਬੇਬੁਨਿਆਦ ਗੱਲਾਂ ਨੇ ਸ਼ਰੂਮ ਨਹੀਂ ਅਕਾਲੀ ਦਲ ਪੰਜਾਬ ਲਈ ਪੰਜਾਬੀਅਤ ਲਈ ਸਿੱਖਾਂ ਲਈ ਜਿੱਥੇ ਕਿਤੇ ਵੀ ਸਾਨੂੰ ਆਡਾ ਲਾ ਕੇ ਵੀ ਲੜਨਾ ਤੇ ਖੜਨਾ ਪਿਆ ਅਸੀਂ ਹਰ ਥਾਂ ਤੇ ਖੜਾਂਗੇ ਕੋਈ ਖੈਰਾਸਾ ਵਰਗਿਆਂ ਤੋਂ ਕੋਈ ਅਸੀਂ ਕੋਈ ਡਾਇਰੈਕਸ਼ਨ ਨਹੀਂ ਲੈਣੀ ਸੋ ਇਹ ਜ਼ਰੂਰੀ ਹੈ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਨਹੀਂ ਦੇ ਨਹੀਂ ਇਹ ਚ ਚ ਜਿਹੜੇ ਸਾਰੇ ਮਸਲੇ ਨੇ ਚਰਚਾ ਦੇ ਵਿੱਚ ਨੇ ਬੇਸ਼ੱਕ ਉਹ ਰਾਗਵ ਚੱਡਾ ਹੋਣਾ ਦਾ ਵਿਆਹ ਹੋਵੇ ਜਾਂ ਫਿਰ ਕੈਨੇਡਾ ਤੇ ਭਾਰਤ ਦਾ ਇਹ ਲਗਾਤਾਰ ਚੱਲ ਰਿਹਾ ਵਿਵਾਦ ਹੋਵੇ ਇਸ ਵਿੱਚਕਾਰ ਜੋ ਸਿਆਸੀ ਬਿਆਨ ਨੇ ਤੁਹਾਡੇ ਨਾਲ ਲਗਾਤਾਰ ਸੰਚਾਰ ਕਰ ਰਹੇ ਹੈ ਕੈਮਰਾਮੈਨ ਹਰੀਸ਼ ਦੇ ਨਾਲ ਮਗਗਨਦੀਪ ਸਿੰਘ ਚੰਡੀਗੜ੍ਹ